ਅੱਜ ਦੀ ਇਸ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਸੇਵਕੀ ਮਨਸਾ ਪੂਰੀ ਪਈ ਮਨਸਾ ਕਹਿੰਦੇ ਨੇ ਮਨ ਦੀਆਂ ਭਾਵਨਾਵਾਂ ਉਹ ਕਹਿੰਦੇ ਹਨ ਪੂਰੀਆਂ ਹੋ ਗਈਆਂ ਸਾਰੀਆਂ ਹੀ ਪੂਰੀਆਂ ਹੋ ਗਈਆਂ ਇੱਥੋਂ ਕਈ ਵਾਰੀ ਇੱਕ ਭਲੇਖਾ ਪੈਂਦਾ ਹੈ ਵੀ ਸ਼ਾਇਦ ਪਰਮਾਤਮਾ ਦੇ ਮਾਰਗ ਤੇ ਤੁਰਾਂਗੇ ਜਿੰਨੀਆਂ ਇੱਛਾਵਾਂ ਆਉਂਦੀਆਂ ਰਹਿਣਗੀਆਂ ਸਾਰੀਆਂ ਪੂਰੀਆਂ ਹੁੰਦੀਆਂ ਰਹਿਣਗੀਆਂ ਬੇਸ਼ੱਕ ਜਿੰਨੀਆਂ ਵੀ ਇੱਛਾਵਾਂ ਨੇ ਸਾਰੀਆਂ ਪ੍ਰਮਾਤਮਾ ਪੂਰੀਆਂ ਕਰ ਦਿੰਦਾ ਹੈ ਬੇਸ਼ੱਕ ਬਾਣੀ ਨੇ ਇਹ ਸ਼ਬਦ ਕਿਹਾ ਜਿੰਨੀਆਂ ਵੀ ਮਨੁੱਖ ਦੀਆਂ ਇੱਛਾਵਾਂ ਨੇ ਸਾਰੀਆਂ ਹੀ ਪੂਰੀਆਂ ਕਰਨ ਕਰਨ ਦੇ ਸਮਰੱਥ ਹੈ ਪ੍ਰਮਾਤਮਾ ਪਰ ਮੈਂ ਇੱਕ ਗੱਲ ਆਪ ਜੀ ਦੇ ਸਾਹਮਣੇ ਕਹਿਣੀ ਚਾਹੁੰਦਾ ਇਨੂੰ ਸਮਝ ਲੈਣਾ ਕਿਉਂਕਿ ਪਰਮਾਤਮਾ ਦੀ ਬੰਦਗੀ ਨੂੰ ਇਸੇ ਪ੍ਰਕਾਰ ਨਾਲ ਹੀ ਡਿਫਾਈਨ ਅੱਜ ਤੱਕ ਕੀਤਾ ਗਿਆ ਹੈ ਪਰ ਮਹਾਰਾਜ ਇੱਥੇ ਉਹ ਗੱਲ ਨਹੀਂ ਕਹਿ ਰਹੇ ਵੀ ਪਰਮਾਤਮਾ ਦੀ ਬੰਦਗੀ ਕੀਤਿਆਂ ਸਿਰਫ ਤੇ ਸਿਰਫ ਮਨੋਕੁਲ ਪਦਾਰਥ ਹੀ ਆਈ ਜਾਣਗੇ ਐਸਾ ਨਹੀਂ ਹੈ ਪਰਮਾਤਮਾ ਦੀ ਬੰਦਗੀ ਚ ਜੁੜਿਆਂ ਸੁਰਤ ਚੱਲ ਪਈ ਸੁਰਤ ਨੂੰ ਇਹ ਪਤਾ ਲੱਗ ਗਿਆ ਮੈਂ ਮੰਨਾਂ ਕਿ ਇੰਨਾ ਗਿਆਨ ਹੋ ਗਿਆ ਰਹਿਣ ਵਾਲਾ ਤੇ ਕੁਝ ਹੈ ਹੀ ਨਹੀਂ ਇਹ ਹੈ ਅਸਲ ਪਰਮਾਤਮਾ ਦੀ ਬੰਦਗੀ ਦਾ ਫਲ ਜਿਸ ਨੂੰ ਇਹ ਪਤਾ ਲੱਗ ਗਿਆ ਆਤਮਿਕ ਗਿਆਨ ਹੋ ਗਿਆ ਕਿਆ ਮੰਗੋ ਕਿਛੁ ਥਿਰ ਨਾ ਰਹੀ ਇਹ ਅਸਲ ਦੇ ਵਿੱਚ ਪੂਰਣ ਅਵਸਥਾ ਦੀ ਗੱਲ ਹੈ ਜੇ ਜਦੋਂ ਇੱਥੇ ਪਹੁੰਚ ਜਾਏਗਾ ਫਿਰ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਹੋ ਗਈਆਂ ਜਦੋਂ ਇੱਛਾਵਾਂ ਰਹੀਆਂ ਹੀ ਨਹੀਂ ਪੂਰੀਆਂ ਤੇ ਹੋ ਹੀ ਗਈਆਂ ਹਜੇ ਇੱਛਾਵਾਂ ਉੱਠਦੀਆਂ ਨਹੀਂ ਅਗਿਆਨ ਦੇ ਕਰ ਸੇਵਕ ਦੀਆਂ ਇੱਛਾਵਾਂ ਸਾਰੀਆਂ ਹੀ ਪੂਰੀਆਂ ਹੋ ਜਾਂਦੀਆਂ ਨਹੀਂ ਫਿਰ ਇਸੇ ਚੀਜ਼ ਨੂੰ ਬਾਰ ਬਾਰ ਡਿਫਾਈਨ ਕੀਤਾ ਜਾਂਦਾ ਹੈ ਲੋਕ ਬੜੀ ਭਾਰੀ ਮਾਤਰਾ ਚ ਧਰਮ ਨਾਲ ਜੁੜਦੇ ਨੇ ਫਿਰ ਹੁੰਦਾ ਕੀ ਹੈ ਜਦੋਂ ਇੱਛਾਵਾਂ ਨਹੀਂ ਪੂਰੀਆਂ ਹੁੰਦੀਆਂ ਫਿਰ ਟੁੱਟ ਜਾਂਦੇ ਨੇ ਜਦੋਂ ਇੱਛਾਵਾਂ ਨਹੀਂ ਪੂਰੀਆਂ ਹੋਣਗੀਆਂ ਕਿਸੇ ਦੀਆਂ ਹੋ ਗਈਆਂ ਕਿਸੇ ਦੀਆਂ ਨਹੀਂ ਹੋਈਆਂ ਟੁੱਟ ਜਾਣਗੇ ਮੈਂ ਇੱਕ ਹੋਰ ਵੀ ਗੱਲ ਕਹਾਂ ਜਿੰਨੇ ਵੀ ਡੇਰੇ ਬਣਦੇ ਹਨ ਧਰਮ ਦੇ ਨਾਂ ਤੇ ਜਿੰਨੇ ਵੀ ਲੋਕ ਪੈਦਾ ਹੁੰਦੇ ਨੇ ਵੱਡੀਆਂ ਵੱਡੀਆਂ ਸੰਸਥਾਵਾਂ ਬਣਾਉਂਦੇ ਨੇ ਔਰ ਆਪਣੇ ਆਪ ਨੂੰ ਇੱਛਾ ਪੂਰੀ ਕਰਨ ਵਾਲਾ ਦਾਤਾ ਬਣਾ ਲੈਂਦੇ ਨੇ ਐਸਾ ਆਪ ਜੀ ਨੇ ਨਜ਼ਰ ਕੀਤਾ ਹੋਏਗਾ ਸਿੱਖ ਧਰਮ Hindu ਧਰਮ ਮੁਸਲਿਮ ਧਰਮ ਸਾਰਿਆਂ ਵਿੱਚ ਇਹ ਚੀਜ਼ ਚੱਲਦੀ ਹੈ ਉੱਥੇ ਲੋਕਾਂ ਦੀ ਜਾਣ ਦੀ ਮਨੋਦਸ਼ਾ ਕੀ ਹੈ ਕਦੇ ਨੋਟ ਕਰਨਾ ਜਿਹੜਾ ਵੀ ਉੱਥੋਂ ਦਾ ਪਰ ਪੈਰੋਕਾਰ ਹੋਏਗਾ ਉਹ बार-बार ਇੱਕੋ ਹੀ ਗੱਲ ਕਰੇਗਾ ਉੱਥੇ ਲੋਕ ਜਾਣਦੇ ਨੇ ਫਲਾਣੇ ਨੂੰ ਬੜੇ ਦੁੱਖ ਸੀ ਉਹਦੇ ਠੀਕ ਹੋ ਗਏ ਫਲਾਣੇ ਦੇ ਘਰ ਇਸ ਚੀਜ਼ ਦੀ ਕਮੀ ਸੀ ਉਹ ਪੂਰੀ ਹੋ ਗਈ ਉਹਦੇ ਘਰ ਆਹ ਚੀਜ਼ ਦੀ ਕਮੀ ਸੀ ਆਹ ਵੀ ਪੂਰੀ ਹੋ ਗਈ ਇਹਦਾ ਮਤਲਬ ਜਿੱਦਣ ਕਮੀਆਂ ਪੂਰੀਆਂ ਨਹੀਂ ਹੋਣਗੀਆਂ ਉਦੋਂ ਲੋਕ ਟੁੱਟ ਜਾਣਗੇ ਲੋਕਾਂ ਦਾ ਜੁੜਾਵ ਗੁਰੂ ਤੇ ਪਰਮਾਤਮਾ ਨਾਲ ਸਿਰਫ ਆਪਣੀ ਮਨਸਾ ਦੇ ਪੂਰੇ ਹੋਣ ਤਾਈਂ ਹੈ ਜਿੱਦਣ ਮਨਸਾ ਪੂਰੀ ਨਾ ਹੋਏਗੀ ਮਨੁੱਖ ਦਰ ਬਦਲ ਲੈਂਦਾ ਹੈ ਪਰ ਮਹਾਰਾਜ ਕਹਿੰਦੇ ਇਹ ਜਿਹੜੀਆਂ ਇੱਛਾਵਾਂ ਤੇ ਇਹ ਮਨਸਾ ਨੇ ਕਿ ਸਾਰੀਆਂ ਪੂਰੀਆਂ ਹੋ ਸਕਦੀਆਂ ਨੇ ਨਹੀਂ ਤੇ ਇੱਛਾਵਾਂ ਕਿੱਡੀਆਂ ਵੱਡੀਆਂ ਨੇ ਇਹ ਕਦੇ ਨੋਟ ਕਰਨਾ ਵੈਸੇ ਗੁਰਬਾਣੀ ਦੇ ਵਿੱਚ ਨਾ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਚ ਇਹਦਾ ਜ਼ਿਕਰ ਵੀ ਕੀਤਾ ਹੈ ਚਲੋ ਇੱਕ ਮਨੁੱਖ 80 ਸਾਲ ਦਾ ਹੋ ਗਿਆ ਤੇ ਬਿਮਾਰ ਹੋ ਗਿਆ ਹੁਣ ਉਹ ਕਹਿੰਦਾ ਪ੍ਰਮਾਤਮਾ ਮੈਨੂੰ ਠੀਕ ਕਰ ਚਲੋ ਪ੍ਰਮਾਤਮਾ ਨੇ ਠੀਕ ਕਰ ਦਿੱਤਾ 90 ਸਾਲ ਦਾ ਹੋ ਗਿਆ 90 ਸਾਲ ਜਾ ਕੇ ਫਿਰ ਬਿਮਾਰ ਹੋ ਗਿਆ ਪ੍ਰਮਾਤਮਾ ਮੈਨੂੰ ਠੀਕ ਕਰ 100 ਸਾਲ ਦਾ ਹੋ ਗਿਆ 100 ਸਾਲ ਜੇ ਫਿਰ ਬਿਮਾਰ ਹੋ ਗਿਆ ਪਰਮਾਤਮਾ ਮੈਨੂੰ ਠੀਕ ਕਰ 150 ਸਾਲ ਹੋ ਗਿਆ ਕਿ ਉਹਦਾ ਜਾਣ ਨੂੰ ਦਿਲ ਕਰੇਗਾ ਆਪ ਤੁਸੀਂ ਨੋਟ ਕਰ ਲੈ ਨਹੀਂ ਕਰੇਗਾ ਇੱਕ ਨਾ ਬੜਾ ਵੱਡਾ ਕਾਮਲ ਫਕੀਰ ਹੋਇਆ ਉਹਨਾਂ ਦੇ ਘਰ ਮੌਤ ਆਈ ਚੱਲ ਕੇ ਸਾਰੇ ਪੌਦੇ ਨੇ ਮੌਤ ਪੌਦੀਏ ਕਿੰਨੇ ਜਾਣਾ ਹੈ ਕਿੰਨੇ ਜਾਣਾ ਹੈ ਮੇਰੇ ਨਾਲ ਚੱਲੋ ਉਹਦਾ ਦਾਦਾ ਹੈ 120 ਸਾਲ ਦਾ ਕਹਿੰਦੇ ਇਹਨੇ ਜਾਣਾ ਹੋਏਗਾ ਉਹਦਾ ਨਹੀਂ ਮੈਂ ਨਹੀਂ ਜਾਣਾ ਉਹਦਾ ਮੁੰਡਾ ਸੀ 70 ਸਾਲ ਦਾ ਤੂੰ ਜਾਣਣਾ ਕਹਿੰਦਾ ਨਹੀਂ ਉਹਨਾਂ ਦੇ ਘਰ ਇੱਕ ਛੋਟਾ ਜਿਹਾ ਬੱਚਾ ਸੀ ਬੜੀ ਗਹਿਰੀ ਬੁੱਧੀ ਦਾ ਮਾਲਕ ਕਿਉਂਕਿ ਕਈ ਮਨੁੱਖ ਬੜੀ ਗਹਿਰੀ ਸੋਚ ਦੇ ਮਾਲਕ ਹੁੰਦੇ ਨੇ ਦੂਜਿਆਂ ਦੀ ਗੱਲਾਂ ਤੋਂ ਆਪਣੀ ਚੀਜ਼ ਸਮਝ ਲੈਂਦੇ ਉਹ ਕਹਿੰਦਾ ਇਹਨਾਂ ਨੂੰ ਕਿਉਂ ਪੁੱਛਦਾ ਹੈ ਜਾਣ ਲਈ ਮੌਤ ਨੂੰ ਕਹਿੰਦਾ ਮੈਂ ਜਾਣਨਾ ਚਾਹੁੰਦਾ ਹਾਂ ਇਹਦੇ ਕਾਰਨ ਤੋਤੇ 18 ਸਾਲ ਦਾ ਹੈ ਇਹ 120 ਸਾਲ ਦੇ ਨੇ ਇਹ ਤੇ ਜਾਣਣਾ ਨਹੀਂ ਚਾਹੁੰਦੇ ਕਹਿੰਦੇ 80 ਸਾਲ ਸੋਚ ਰਿਆ ਹਾਂ ਇਹ ਤੇ 120 ਸਾਲ ਜੀ ਕੇ ਵੀ ਨਹੀਂ ਰੱਜੇ ਤੇ ਮੈਂ ਤੇ ਇੰਨਾ ਤੋਂ ਹੀ ਸਿੱਖ ਲਿਆ ਰਜਣਾ ਮੈਂ ਵੀ ਨਹੀਂ ਜਦੋਂ ਮੈਂ 120 ਸਾਲ ਦਾ ਮੈਂ ਕਿਹੜਾ ਰੱਜ ਜਾਵਾਂਗਾ ਮੈਂ 18 ਸਾਲ ਦਾ ਹਾਂ ਮੈਂ ਗੱਲ ਸਮਝ ਚੁੱਕਿਆ ਇਹ 90 ਸਾਲ ਦੇ ਹੋ ਗਏ ਨੇ ਇਹ ਰੱਜੇ ਨਹੀਂ ਜੀ ਕੇ ਬਾਣੀ ਦੇ ਵਿੱਚ ਮਹਾਰਾਜ ਭਾਈ ਗੁਰਦਾਸ ਜੀ ਵੀ ਕਹਿੰਦੇ ਰੱਜ ਨਾ ਕੋਈ ਜੀਵ ਆ ਗੂੜੇ ਪਰਵਾਸੇ ਕੀ ਮਨੋਕਿਕ ਦਾ ਕੋਈ ਐਸਾ ਸਮਾਂ ਆਏਗਾ ਕੋਈ ਵੀ ਮਨੋਕਿਕ ਵੀ 80 ਸਾਲ ਤੱਕ ਜਾ ਕੇ ਪ੍ਰਮਾਤਮਾ 80 ਸਾਲ ਤੱਕ ਕੋਈ ਬਿਮਾਰੀ ਨਾ ਲਗਾਈ ਉਹ ਸਵਾਦ ਮੈਂ ਤੈਨੂੰ ਕਹਿ ਦਵਾਂਗਾ ਤੂੰ ਬੇਸ਼ੱਕ ਮੈਨੂੰ ਲੈ ਜਾਈ ਨਹੀਂ 80 ਸਾਲ ਦਾ ਹੋਏਗਾ ਮੁੱਕਰ ਜਾਏਗਾ ਹਣ ਇਹ ਇੱਛਾ ਤੇ ਕਦੀ ਪੂਰੀ ਹੋਣੀ ਨਹੀਂ ਚਲੋ ਪ੍ਰਮਾਤਮਾ ਬੋਨਸ ਦਿੰਦਾ ਰਹੇਗਾ 20 ਸਾਲ ਦਾ ਦੇਤਾ 30 ਦਾ ਦੇਤਾ 200 ਸਾਲਾਂ ਦਾ ਵੀ ਹੋ ਜਾਏਗਾ ਬਾਣੀ ਕਹਿੰਦੀ ਕਿੱਡੀ ਕਿੱਡਾ ਬੋਨਸ ਚਾਹੁੰਦਾ ਹੈ ਰੱਬ ਤੋਂ ਜੇ ਯੁਗ ਚਾਰੇ ਆਰ ਜਾ ਯੁਗ ਚਾਰੇ ਇੱਕ ਯੁਗ ਦੀ ਉਮਰ ਕਰੋੜਾਂ ਸਾਲਾਂ ਜਿੰਨੀ ਮੰਨੀ ਹੈ ਜੇ ਯੁਗ ਚਾਰੇ ਆਰ ਜਾ ਚਾਰ ਯੁਗਾਂ ਜਿੰਨੀ ਉਮਰ ਹੋ ਜਾਏ ਹੋਰ ਦਸੂਣੀ ਹੋਏ 10 ਗੁਣਾ ਹੋਰ ਹੁਣ ਇਹ ਤੇ ਉਮਰ ਗਿਣਤੀ ਤੋਂ ਬਾਹਰ ਚਲੀ ਗਈ ਇੰਨੀ ਉਮਰ ਹੋ ਗਈ ਵੀ ਗਿਣਤੀ ਤੋਂ ਬਾਅਦ ਫਿਰ ਅੱਗੇ ਇੱਛਾ ਕੀ ਹੈ ਨਵਾਂ ਖੰਡਾਂ ਵਿੱਚ ਜਾਣੀ ਹੈ ਕੱਲੇ ਤਰਾਵੜੀ ਜਾਂ ਕਰਨਾਲ 'ਚ ਨਹੀਂ ਅਮਰੀਕਾ ਇੰਗਲੈਂਡ ਸਾਰੀਆਂ ਥਾਵਾਂ ਤੇ ਲੋਕੀ ਬਸ ਮੰਨਣ ਫਲਾਣਾ ਸਿੰਘ ਬਹੁਤ ਵੱਡਾ ਹੈ ਇੰਨੀ ਮਨੁੱਖ ਦੀ ਇੱਛਾ ਹੈ ਹੁਣ ਤੁਸੀਂ ਇਤੋਂ ਹੀ ਇਹ ਹਿਸਾਬ ਲਗਾਉਂਗੇ ਕਿ ਇਹ ਪੂਰੀਆਂ ਹੋ ਸਕਦੀਆਂ ਨੇ ਨਹੀਂ ਪਰ ਹਰੇਕ ਮਨੁੱਖ ਦੇ ਗਹਿਰੇ ਤਲ ਦੇ ਵਿੱਚ ਇਹ ਇੱਛਾ ਹੈ ਪਰ ਹਰੇਕ ਮਨੁੱਖ ਪਤਾ ਕੀ ਕਹੇ ਨਹੀਂ ਮੇਰੀ ਇਹ ਇੱਛਾ ਨਹੀਂ ਮੈਂ ਤੇ ਪਰਮਾਤਮਾ ਨੂੰ ਕਿਹਾ ਛੋਟੀ ਜੀ ਚੀਜ਼ ਦੇ ਦੇ ਆਪਾਂ ਦੇ ਕੁਝ ਮੰਗਦੇ ਹੀ ਯਾਦ ਰੱਖਣਾ 10 ਸਾਲ ਪਿੱਛੇ ਜਾਓ 10 ਸਾਲ ਪਿੱਛੇ ਜੋ ਕੁਝ ਮੰਗਿਆ ਸੀ ਨਾ ਉਹ ਮਿਲ ਗਿਆ ਹੈ ਅੱਜ ਵੀ ਮੈਂ ਤੇ ਇੱਕ ਹੋਰ ਬੇਨਤੀ ਕਰਾਂ ਅੱਜ ਇੱਥੇ ਬੈਠੇ ਹਾਂ ਅੱਜ ਦੀ ਪਰਮਾਤਮਾ ਨੂੰ ਕਹੇ ਬਸ ਆ ਚੀਜ਼ਾਂ ਦੇ ਦੇ ਅੱਗੋਂ ਨਹੀਂ ਮੰਗਦੇ ਪੰਜਾਂ ਸੱਤਾ ਸਾਲਾਂ ਚੋਂ ਮਿਲ ਜਾਣਗੀਆਂ ਜ਼ਰੂਰ ਮਿਲਣਗੀਆਂ ਫਿਰ ਸੱਤਾਂ ਸਾਲਾਂ ਬਾਅਦ ਇਹ ਕਹਿ ਦੇਣਾ ਬਸ ਉਸ ਤੋਂ ਬਾਅਦ ਮੈਨੂੰ ਕੁਝ ਨਾ ਦੇ ਮੈਂ ਵਿਲਖ ਦਾ ਰਵਾ ਤੜਫ ਦਾ ਰਵਾ ਦੇਣਾ ਹੀ ਕੁਛ ਨਹੀਂ ਪਰ ਯਾਦ ਰੱਖਣਾ ਸੱਤਾਂ ਸਾਲਾਂ ਚ ਪਹੁੰਚੇਗਾ ਫੇਰ ਮੰਨ ਕਰ ਦੇਗਾ ਇਹ ਨਹੀਂ ਰੁਕਣੀ ਹੈ ਕਦੀ ਇਹ ਤੇ ਦਰਿਆਵਾਂ ਦਾ ਵਹਾਅ ਹੈ ਚੱਲਦਾ ਹੀ ਰਹਿਣਾ ਫਿਰ ਸੇਵਕ ਦੀ ਕਿਹੜੀ ਮਨਸਾ ਪੂਰੀ ਹੁੰਦੀ ਹੈ ਸੇਵਕ ਦੀ ਮਨਸਾ ਇਹ ਪੂਰੀ ਹੁੰਦੀ ਹੈ ਸੇਵਕ ਨੂੰ ਪਤਾ ਲੱਗ ਜਾਂਦਾ ਕੀ ਮੰਗਾ ਕੁਛ ਰਹਿਣ ਵਾਲਾ ਤੇ ਨਹੀਂ ਆਪਣੇ ਆਪ ਹੀ ਪੂਰਾ ਹੋ ਗਿਆ ਜੇ ਸਾਨੂੰ ਇਹ ਪਤਾ ਲੱਗ ਗਿਆ ਚਲ ਸਰੀਰ ਦੀ ਸਵਸਥਾ ਮੰਗਾਗਾ ਅੱਜ ਮੇਰਾ ਸਰੀਰ 80 ਸਾਲਾਂ ਦਾ ਮੈਂ ਬੇਨਤੀ ਵੀ ਕਰ ਲਾਂ ਪਰਮਾਤਮਾ ਮੈਨੂੰ ਠੀਕ ਕਰ ਦੇ ਕਰ ਵੀ ਦੇਵੇਗਾ 100 ਸਾਲ ਦਾ ਹੋ ਗਿਆ ਫਿਰ ਬਿਮਾਰ ਹੋ ਜਾਵਾਂਗਾ ਫਿਰ ਕਵਾਂਗਾ ਠੀਕ ਕਰ ਦੇ ਕਦੋਂ ਤਾਈਂ ਠੀਕ ਕਰੇਗਾ ਕਦੋਂ ਤਾਈਂ ਜਿਉਣਾ ਚਾਹੁੰਦਾ ਹੈ ਭਾਵੇਂ ਮਰਨ ਦਾ ਵਿਚਾਰ ਹੀ ਅੰਦਰ ਨਹੀਂ ਹੈ ਸਰੀਰ ਛੱਡਣਾ ਹੀ ਨਹੀਂ ਚਾਹੁੰਦਾ ਮਨਸਾ ਦਾ ਮਤਲਬ ਇਹ ਹੈ ਮਨੁੱਖ ਨੂੰ ਇਹ ਪਤਾ ਲੱਗ ਗਿਆ ਜ਼ਿੰਦਗੀ ਵਿੱਚ ਕੁਝ ਵੀ ਸਥਿਰ ਰਹਿਣ ਵਾਲਾ ਨਹੀਂ ਹੈ ਉਸ ਦਿਨ ਹੀ ਸਾਰੇ ਦੁੱਖ ਤਕਲੀਫਾਂ ਖਤਮ ਹੋ ਗਏ ਕਿਉਂ ਮਨੋ ਕੋਈ ਦੁਖੀ ਹੈ ਐਸੇ ਕਰਕੇ ਮੇਰੇ ਕੋਲ ਪਦਾਰਥਾਂ ਦੀ ਕਮੀ ਹੈ ਦੁੱਖ ਇਹੀ ਹੈ ਗਵਾਂਡੀ ਕੋਲ ਜ਼ਿਆਦਾ ਨਹੀਂ ਪੜੋਸੀ ਕੋਲ ਜ਼ਿਆਦਾ ਨਹੀਂ ਰਿਸ਼ਤੇਦਾਰਾਂ ਕੋਲ ਜ਼ਿਆਦਾ ਨਹੀਂ ਮੇਰੇ ਕੋਲ ਨਹੀਂ ਬਸ ਆ ਦੁੱਖ ਹੈ ਦੁੱਖ ਕੀ ਹੈ ਡਰ ਨਾਲ ਦੀ ਨਾਲ ਡਰ ਕੀ ਹੈ ਅੱਜ ਮੇਰੇ ਕੋਲ ਕੁਝ ਹੈ ਮਤਾਂ ਕੱਲ ਨੂੰ ਚਲਾ ਜਾਏ ਅੱਜ ਇੱਜ਼ਤ ਬਣੀ ਹੈ ਕਿਤੇ ਡਿਗ ਨਾ ਜਾਏ ਹੁਣ ਇਸ ਇੱਜ਼ਤ ਨੂੰ ਬਚਾਉਣ ਦੇ ਲਈ ਸਾਰਾ ਦਿਨ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਐਸੇ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਲਈ ਪਤਾ ਨਹੀਂ ਕਿੰਨੀਆਂ ਕਿ ਵਿਚਾਰ ਗੋਸ਼ਟੀਆਂ ਪਤਾ ਨਹੀਂ ਕੀ ਕੀ ਕਰਦਾ ਮਨੋ ਕਿਨੂੰ ਬਚਾਉਣਾ ਚਾਹੁੰਦਾ ਐ ਇਸ ਇੱਜ਼ਤ ਨੂੰ ਬਸ ਇਨੂੰ ਬਚਾਉਣ ਦੇ ਲਈ ਵਿਆਜੀ ਪੈਸੇ ਚੁੱਕ ਲੈਂਦਾ ਹੈ ਲੋਨ ਲੈਂਦਾ ਹੈ ਪਤਾ ਨਹੀਂ ਕੀ ਕੀ ਲੈਂਦਾ ਫਸ ਆਪ ਜਾਂਦਾ ਦੁਖੀ ਆਪ ਹੋ ਰਿਹਾ ਵਖਾਣਾ ਦੁਨੀਆ ਨੂੰ ਚਾਹੁੰਦਾ ਗੱਲ ਇੱਥੇ ਖਲੋ ਗਈ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੇ ਸੇਵਕ ਹੋ ਜਾਂਦੇ ਨੇ ਦੁਨੀਆ ਦੀ ਲਾਜ ਛੱਡ ਦਿੰਦੇ ਨੇ ਦੁਨੀਆ ਦਾ ਕੋਈ ਡਰ ਨਹੀਂ ਸਿਰਫ ਇੱਕ ਰੱਬ ਦਾ ਡਰ ਹੋਰ ਡਰ ਹੀ ਨਹੀਂ ਲੈਂਦਾ ਸੇਵਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਗੁਰੂ ਤੋਂ ਨਿਰਮਲ ਮਤ ਲੈ ਲਈ ਕੀ ਮਨਸਾਵਾ ਕਦੀ ਪੂਰੀਆਂ ਹੋਣੀਆਂ ਹੀ ਨਹੀਂ ਗੁਰੂ ਤੋਂ ਇਹ ਨਿਰਮਲ ਮਤ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਤੋਂ ਮਤ ਲਈ ਹੁਕਮ ਵਿੱਚ ਚੱਲਣ ਦੀ ਜਿੱਥੇ ਪ੍ਰਮਾਤਮਾ ਰੱਖੇਗਾ ਉੱਥੇ ਰਾਜੀ ਰਹਿਣ ਦੀ ਆਪਣੇ ਵੱਲੋਂ ਉਦਦਮ ਕਰਨਾ ਆਪਣੇ ਵੱਲੋਂ ਮਿਹਨਤ ਕਰਨੀ ਕਰਦੇ ਰਹਿਣਾ ਚਾਹੀਦਾ ਹੈ ਜਿਹੜੇ ਵੀ ਕਿਤੇ ਚ ਮਨੁੱਖ ਲੱਗਿਆ ਕੋਈ ਬਿਜ਼ਨਸ ਕਰਦਾ ਕਰਦੇ ਰਵੋ ਮਿਹਨਤ ਆਪਣੀ ਸਾਰਤਕ ਮਿਹਨਤ ਕਰੋ ਪਰ ਇਹ ਹੀ ਕਹਿਣਾ ਮੈਂ ਚੱਲ ਰਿਹਾ ਹਾਂ ਇਹ ਮੈਂ ਕਰਨਾ ਹੀ ਕਰਨਾ ਹੈ ਹੋ ਸਕਦਾ ਉਹ ਚੀਜ਼ ਨਾ ਹੋਏ ਫਿਰ ਪਰੇਸ਼ਾਨੀ ਹੋਏਗੀ ਮਿਹਨਤ ਕਰਨੀ ਚਾਹੀਦੀ ਹੈ ਟਾਰਗੇਟ ਬਣਾਉਣੇ ਚਾਹੀਦੇ ਨੇ ਸਭ ਕੁਝ ਕਰਨਾ ਚਾਹੀਦਾ ਹੈ ਮਿਹਨਤ ਕਰਕੇ ਫਲ ਪਰਮਾਤਮਾ ਦੇ ਹੱਥ ਵਿੱਚ ਹੈ। ਫਲ ਹੁਕਮ ਦੇ ਹੱਥ ਵਿੱਚ ਆਉਦੀ ਮਰਜ਼ੀ ਹੈ। ਅੱਗੇ ਮਹਾਰਾਜ ਕਿਹਾ ਨੇ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਆਪਣੇ ਜਨ ਨੂੰ ਪਰਮਾਤਮਾ ਦਿਆਲ ਹੋਇਆ ਆਪਣੇ ਸੇਵਕ ਨੂੰ ਨਿਹਾਲ ਕਰ ਦਿੱਤਾ। ਆਪਣੇ ਸੇਵਕ ਨੂੰ ਐਸਾ ਨਿਹਾਲ ਕੀਤਾ ਆਨੰਦ ਦੇ ਵਿੱਚ ਜੀਣ ਲੱਗ ਪਿਆ। ਮਨੇ ਇੱਕ ਵਾਰੀ ਇੱਕ ਤੋਤੇ ਦੀ ਕਹਾਣੀ ਯਾਦ ਆਉਂਦੀ ਹੈ ਇੱਕ ਰਾਜਾ ਜੰਗਲ ਵਿੱਚ ਗਿਆ ਤੇ ਇੱਕ ਤੋਤੇ ਨੂੰ ਫੜ ਲਿਆ ਬੜਾ ਪਿਆਰਾ ਲੱਗਿਆ ਕਰੋੜਾਂ ਰੁਪਏ ਲਗਾਏ ਉਹਨੂੰ ਸਿਖਾਉਣ ਦੇ ਲਈ ਤੇ ਉਹਦੇ ਲਈ ਸੋਨਾ ਜ ਬਣਾਇਆ ਗਿਆ ਸੋਨੇ ਦਾ ਪਿੰਜਰਾ ਬਣਾਇਆ ਗਿਆ ਵਧੀਆ ਉਹਦੇ ਵਿੱਚ ਉਹਨੂੰ ਰੱਖਿਆ ਗਿਆ ਇੱਕ ਦਿਨ ਰਾਜਾ ਜੰਗਲ ਵਿੱਚ ਜਾਣ ਲੱਗਿਆ ਤੋਤੇ ਨੂੰ ਕਹਿੰਦਾ ਕੋਈ ਮੈਸੇਜ ਦੇਣਾ ਮੈਂ ਤੇਰੇ ਭਰਾਵਾਂ ਵੱਲ ਚੱਲਿਆ ਕਹਿੰਦੇ हां ਉਹਨਾਂ ਨੂੰ ਜਾ ਕੇ ਕਹੀਂ ਵੈਸੇ ਤੇ ਮੈਂ ਆਨੰਦ ਵਿੱਚ ਆ ਪਰ ਆਜ਼ਾਦੀ ਹੈ ਜਿਹੜੀ ਕਿਸੇ ਵੀ ਕੀਮਤ ਦੇ ਕੁਰਬਾਨ ਨਹੀਂ ਕੀਤੀ ਜਾ ਸਕਦੀ ਵੈਸੇ ਮੈਂ ਆਨੰਦ ਵਿੱਚ ਆ ਪਿੰਜਰਾ ਤੇ ਪਿੰਜਰਾ ਹੁੰਦਾ ਭਾਵੇਂ ਲੋਹੇ ਦਾ ਹੋਵੇ ਭਾਵੇਂ ਸੋਨੇ ਦਾ ਮਨ ਜੇ ਕਿਸੇ ਨਾ ਕਿਸੇ ਵਿਚਾਰ ਵਿੱਚ ਜਕੜਿਆ ਹੋਇਆ ਹੈ ਭਾਵੇਂ ਡਰ ਧਰਮ ਦਾ ਹੀ ਹੈ ਹੈ ਤੇ ਪਿੰਜਰਾ ਹੀ ਹੈ ਪਿੰਦਰਾ ਪਿੰਦਰਾ ਹੀ ਹੁੰਦਾ ਭਾਵੇਂ ਸੋਨੇ ਦਾ ਹੋਵੇ ਭਾਵੇਂ ਲੋਹੇ ਦਾ ਹੋਵੇ ਉਹਨੇ ਜਾ ਕੇ ਉਹ ਦਰਖਤ ਦੇ ਥੱਲੇ ਗਿਆ ਜਿੱਥੋਂ ਉਹਨੂੰ ਫੜਿਆ ਸੀ ਉਹਨੇ ਜਾ ਕੇ ਗਿਆ ਭਾਈ ਤੁਹਾਡੇ ਜਿਹੜਾ ਤੋਤਾ ਸੀ ਉਹਨੇ ਮੈਸੇਜ ਦਿੱਤਾ ਹੈ ਵੈਸੇ ਖੁਸ਼ ਆ ਪਰ ਆਜ਼ਾਦੀ ਕੁਰਬਾਨੀ ਕੀਤੀ ਜਾ ਸਕਦੀ ਸਾਰੇ ਤੋਤੇ ਜਿੰਨੇ ਉੱਤੇ ਬੈਠੇ ਸਾਰੇ ਥੱਲੇ ਡਿੱਗੇ ਸਾਰੇ ਮਰ ਗਏ ਬੜਾ ਪਛਗਣ ਹੋਇਆ ਕਹਿੰਦੇ ਕਿ ਐਸਾ ਮੈਸੇਜ ਹੈ ਉਹਨੇ ਦਿੱਤਾ ਤੇ ਸਾਰੇ ਮਰ ਗਏ। ਉਹਨੇ ਆ ਕੇ ਇਹ ਹੀ ਗੱਲ ਉਹ ਤੋਤੈਨ ਦਸੀ ਉਹ ਵੀ ਮਰ ਗਿਆ। ਇਹਨੇ ਚਲੋ ਰਾਜ ਘਰਾਨੇ ਦਾ ਤੋਤਾ ਸੀ ਬਾਹਰ ਕੱਢਿਆ ਸ਼ਾਹੀ ਸਨਮਾਨ ਦੇ ਨਾਲ ਇਹਦਾ ਸੰਸਕਾਰ ਕਰਾਂਗੇ। ਬਾਹਰ ਕੱਢਿਆ ਕੱਪੜੇ ਦੇ ਉੱਤੇ ਪਾਇਓ ਤੋਤਾ ਉੱਡ ਕੇ ਭੱਜ ਗਿਆ। ਰਾਜਾ ਕਹਿਣ ਲੱਗਾ ਇਹ ਤੇ ਧੋਖਾ ਹੈ। ਕਹਿੰਦੇ ਧੋਖਾ ਨਹੀਂ। ਮੈਨੂੰ ਜਿਹੜੇ ਤੂੰ ਜਿੰਨਾਂ ਦਾ ਤੂੰ ਮੈਨੂੰ ਮੈਸੇਜ ਦਿੱਤਾ ਹੈ ਨਾ ਵੀ ਉਹ ਮਰ ਗਏ ਨੇ। ਉਹ ਮਰੇ ਨਹੀਂ। ਉਹਨਾਂ ਮੈਨੂੰ ਇਹੀ ਮੈਸੇਜ ਦਿੱਤਾ ਹੈ ਜੇ ਜ਼ਿੰਦਗੀ ਚ ਰਹਿਣਾ ਹੈ ਫਿਰ ਇਵੇਂ ਰੋ ਜਿਵੇਂ ਮੁਰਦੇ ਰਹਿੰਦੇ ਨੇ ਐਵੇਂ ਰੋ ਕਦੇ ਮੁਰਦਿਆਂ ਨੂੰ ਡਿਪਰੈਸ਼ਨ ਵੇਖਿਆ ਹੈ ਨਹੀਂ ਕਰਦੇ ਮੁਰਦਿਆਂ ਦੇ ਚਿਹਰਿਆਂ ਤੇ ਚਿੰਤਾਵਾਂ ਵੇਖੀਆਂ ਨੇ ਨਹੀਂ ਬਾਣੀ ਵੀ ਇਹ ਕਹਿੰਦੀ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਗੁਰੂ ਦੇ ਆ ਬਚਨਾ ਅੱਗੇ ਮੁਰਦਾ ਬਣ ਜਾ ਜ਼ਿੰਦਗੀ ਆਨੰਦਮਈ ਹੋ ਜਾਏਗੀ ਐਵੇਂ ਰਹਿ ਜ਼ਿੰਦਗੀ ਵਿੱਚ ਜੋ ਪ੍ਰਮਾਤਮਾ ਕਰ ਰਿਹਾ ਹੈ ਮੁਰਦਾ ਪਤਾ ਹੀ ਕਰਦਾ ਹੈ ਮੁਰਦਾ ਇਹ ਸੋਚਦਾ ਹੈ ਇਹ ਚਾਰ ਜਨਾਂ ਦੇ ਵਸ ਵਿੱਚ ਮੈਂ ਪਿਆ ਜਿੱਥੇ ਮਰਜ਼ੀ ਜਾ ਕੇ ਸੁੱਟ ਦੇਣ ਭਾਵੇਂ ਮੜੀਆਂ ਸੁੱਟ ਦੇਣ ਭਾਵੇਂ ਰਾਜੀਆਂ ਸੁੱਟ ਦੇਣ ਉਹਨਾਂ ਦੇ ਵਸ ਆਂ ਇਵੇਂ ਸੇਵਕ ਵੀ ਕਹਿੰਦਾ ਹੈ ਮੈਂ ਤੇ ਪ੍ਰਮਾਤਮਾ ਦੇ ਵਸ ਵਿੱਚ ਆ ਜੋ ਉਹ ਕਰੇਗਾ ਉਹ ਚੰਗਾਈ ਕਰੇਗਾ ਮਨੁੱਖ ਦੀ ਪਰੇਸ਼ਾਨੀ ਦਾ ਕਾਰਨ ਪਤਾ ਕੀ ਹੈ ਜੋ ਪ੍ਰਮਾਤਮਾ ਦੇ ਹੁਕਮ ਨਾਲ ਇਹਦੇ ਨਾਲ ਵਾਪਰ ਰਿਹਾ ਇਹਨੂੰ ਛੋਟਾ ਬਣਾਇਆ ਹੈ ਵੱਡਾ ਬਣਾਇਆ ਹੈ ਗੋਰਾ ਬਣਾਇਆ ਹੈ ਕਾਲਾ ਬਣਾਇਆ ਹੈ ਛੋਟੀ ਉਮਰ ਚ ਲੈ ਕੇ ਬਿਮਾਰੀ ਹੈ ਵੱਡੀ ਬਿਮਾਰੀ ਹੈ ਇਹ ਪਰਮਾਤਮਾ ਦੀ ਦਿੱਤੀ ਹੋਈ ਅਲਾਮਤ ਨੂੰ ਐਕਸੈਪਟ ਨਹੀਂ ਕਰ ਰਿਹਾ ਉਹਦਾ ਵਿਰੋਧ ਕਰ ਰਿਹਾ ਹੈ ਜਿਹੜੇ ਲੋਕ ਦਰਿਆਵਾਂ ਦੇ ਉਲਟ ਦਿਸ਼ਾਵਾਂ ਚ ਤੈਰਦੇ ਨੇ ਬਾਵਾ ਥੱਕ ਜਾਣਗੇ ਅੰਤ ਨੂੰ ਡੁੱਬ ਜਾਣਗੇ ਜੇ ਜ਼ਿੰਦਗੀ ਜਿਉਣੀ ਹੈ ਦਰਿਆ ਦੇ ਨਾਲ ਹੀ ਤੈਰਨਾ ਪੈਣਾ ਜਿੱਧਰ ਲੈ ਜਾਏ ਜਿੱਥੇ ਉਹਦੀ ਰਜ਼ਾ ਹੈ ਉਧਰ ਲੈ ਜਾਏਗਾ ਆਪਣੀਆਂ ਸਾਰੀਆਂ ਚੀਜ਼ਾਂ ਕੁਰਬਾਨ ਕਰ ਦੇ ਪਰਮਾਤਮਾ ਦੇ ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ ਹੈ ਜੋ ਤੁੱਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹੈ ਪਰਮਾਤਮਾ ਮੈਂ ਕੀ ਇੱਛਾ ਕਰਾਂ ਜੋ ਤੈਨੂੰ ਲੱਗਦਾ ਹੈ ਉਹੀ ਠੀਕ ਹੈ ਠੀਕ ਹੈ ਮੈਂ ਤੇਰੇ ਬਣਾਏ ਹੋਏ ਹੁਕਮ ਦਾ ਵਿਰੋਧ ਵੀ ਕਰਾਂਗਾ ਪਰੇਸ਼ਾਨ ਹੋ ਜਾਵਾਂਗਾ ਔਰ 15 20 ਸਾਲਾਂ ਦੇ ਵਿੱਚ ਇੱਕ ਦਿਨ ਉਹ ਪਰੇਸ਼ਾਨੀ ਠੀਕ ਹੋਏਗੀ ਫਿਰ ਉਹ ਹੋਰ ਕਿਸੇ ਗੱਲ ਤੇ ਪਰੇਸ਼ਾਨ ਹੋ ਜਾਵਾਂਗਾ ਇਹ ਪਰੇਸ਼ਾਨੀ ਚੱਲਦੀ ਰਹਿੰਦੀ ਹੈ ਕਦੋਂ ਮਿٹےਗੀ ਜਿਸ ਦਿਨ ਨਾਨਕ ਹੁਕਮੇ ਜੇ 부ਝਾ ਤਾ ਹਉ ਮੈਂ ਕਹਿ ਨ ਕੋ ਜੇ ਦਿਨ ਹੁਕਮ ਨੂੰ 부ਝੇਗਾ ਹਉ ਮੈਂ ਉਸ ਦਿਨ ਹੀ ਜਾਂਦੀ ਹੈ ਉਸ ਦਿਨ ਆਨੰਦ ਪੈਦਾ ਹੁੰਦਾ ਮਹਾਰਾਜ ਕਿਦ ਨੇ ਸੇਵਕ ਕਿਨੋ ਸਦਾ ਨਿਹਾਲ ਪਰਮਾਤਮਾ ਦਾ ਸੇਵਕ ਸਦਾ ਹੀ ਨਿਹਾਲ ਰਹਿੰਦਾ ਹੈ ਤਤੀ ਤਵੀ ਤੇ ਬੈਠੇ ਵੀ ਨਿਹਾਲ ਗੁਰੂ ਅਰਜਨ ਸਾਹਿਬ ਜੀ ਮਾਛੀ ਵਾੜੇ 'ਚ ਬੈਠੇ ਗੁਰੂ ਗੋਬਿੰਦ ਸਿੰਘ ਜੀ ਨਿਹਾਲ ਨੀਹਾ ਵਿੱਚ ਛੋਟੇ ਸਹਿਬ ਜਾਦੇ ਨਿਹਾਲ ਹਰ ਖਾਨ ਤੇ ਬੈਠੇ ਨਿਹਾਲ ਹੀ ਨਿਹਾਲ ਅੱਗੇ ਮਹਾਰਾਜੇ ਕੇ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭ੍ਰਮ ਗਿਆ ਇਹ ਦੋਵੇਂ ਚੀਜ਼ਾਂ ਬੜੀਆਂ ਵੱਡੀਆਂ ਤੇ ਦੁੱਖ ਦੇਣ ਵਾਲੀਆਂ ਨੇ ਦੋਵੇਂ ਚੀਜ਼ਾਂ ਉਹ ਵੱਖਰੀ ਗੱਲ ਐ ਕਿਸੇ ਨੂੰ ਸਮਝ ਲੱਗਦੀ ਹੈ ਕਿਸੇ ਨੂੰ ਨਹੀਂ ਜਿਵੇਂ ਸਰੀਰਿਕ ਤੌਰ ਤੇ ਸਾਨੂੰ ਪਤਾ ਹੈ ਜੇ ਜ਼ਹਿਰ ਪੀ ਲਿਆ ਜਾਏ ਸਰੀਰ 'ਚ ਕਿੰਨਾ ਨੁਕਸਾਨਦਾਇਕ ਹੈ ਜੇ ਮਨੁੱਖ ਆਪਣੇ ਜੀਵਨ ਦੇ ਵਿੱਚ ਜ਼ਹਿਰ ਪੀ ਲਏਗਾ ਕਿੰਨਾ ਨੁਕਸਾਨਦਾਇਕ ਹੈ ਜ਼ਹਿਰ ਪਤਾ ਹੈ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਬੰਧਨ ਨੇ ਇਹ ਵੀ ਜ਼ਹਿਰ ਦੇ ਸਮਾਨ ਨੇ ਇਹ ਜਿਹੜੇ ਬੰਧਨ ਨੇ ਔਗਣ ਨੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਇਹ ਸਾਰੇ ਬੰਧਨ ਨੇ ਤੇ ਜ਼ਹਿਰ ਦੇ ਸਮਾਨ ਨੇ ਜਿਵੇਂ ਜ਼ਹਿਰ ਅੰਦਰ ਪੀਤਾ ਹੋਏ ਕਿੰਨਾ ਪ੍ਰੇਸ਼ਾਨ ਕਰਦਾ ਹੈ ਮਹਾਰਾਜ ਕਹਿੰਦੇ ਇਹ ਜ਼ਹਿਰ ਵੀ ਜਿੰਨੇ ਪੀ ਲਿਆ ਪ੍ਰੇਸ਼ਾਨ ਨਹੀਂ ਰਹੇਗਾ ਈਰਖਾ ਸਭ ਤੋਂ ਵੱਡਾ ਜ਼ਹਿਰ ਕ੍ਰੋਧ ਉਸ ਤੋਂ ਵੱਡਾ ਜ਼ਹਿਰ ਹੰਕਾਰ ਸਭ ਤੋਂ ਵੱਡਾ ਇਥੇ ਕਾਮ ਹੈ ਹਮੇਸ਼ਾ ਬਾਣੀ ਕੇ ਨੇ ਜੀਉ ਤਪ ਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਵੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਵੇਖੋ ਇੱਕ ਹੋਰ ਵੇਖਣਾ ਗੁਰੂ ਜੀ ਨੇ ਕੰਪੈਰੀਜ਼ਨ ਪਤਾ ਕਿਹਦੇ ਨਾਲ ਕੀਤਾ ਜਿਹੜੇ ਲੋਕ ਬਾਣੀ ਤੋਂ ਟੁੱਟੇ ਹੋਏ ਨੇ ਕੋੜ ਦੇ ਰੋਗੀ ਨਾਲ ਸਭ ਤੋਂ ਭਿਆਨਕ ਤੇ ਦਇਆ ਨੀਅ ਮਰਸੀਫੁਲ ਜਿਹੜਾ ਰੋਗ ਹੁੰਦਾ ਉਹ ਕੋੜ ਦਾ ਹੀ ਹੁੰਦਾ ਕੋੜ ਦੇ ਰੋਗੀ ਕਪੜੇ ਵੀ ਨਹੀਂ ਪਾ ਸਕਦਾ ਚੀਸਾਂ ਪੈਂਦੀਆਂ ਨੇ ਉਹਦੇ શરીਰ 'ਚ। ਇਵੇਂ ਹੀ ਉਹ ਮਨੁੱਖ ਰੋਗੀ ਜਿਹੜਾ ਆਪਣੇ ਮਨ ਦੇ ਹੱਥੋਂ ਰੋਗੀ ਹੈ। ਮਾਨਸਿਕ ਪਰਸ਼ਾਂ ਪਰੇਸ਼ਾਨ ਹੈ, ਈਰਖਾ ਵਿੱਚ ਜੀ ਰਿਹਾ ਹੈ, ਦੁਸ਼ਵੈਸ਼ ਵਿੱਚ ਜੀ ਰਿਹਾ ਹੈ, ਉਸ ਤੋਂ ਵੱਡਾ ਰੋਗੀ ਹੋਰ ਕੌਣ ਹੋਏਗਾ? ਨਾ ਉਹਨੂੰ ਦਿਨੇ ਚੰਨ ਹੈ ਨਾ ਰਾਤੀ ਚੰਨ ਹੈ। ਵਾਰ-ਵਾਰ ਤਪਦਾ ਰਹੇਗਾ ਜਿਵੇਂ ਕ્રોਧ ਆ ਗਿਆ। ਸਾਹਮਣੇ ਕਿਸੇ ਨਾਲ ਲੜਾਈ ਹੋ ਗਈ ਜਦੋਂ ਹੀ ਉਹਨੂੰ ਵੇਖੇਗਾ। ਨਾਲ ਹੀ ਤਪ ਜਾਏਗਾ ਜਿਵੇਂ ਉਹਨੂੰ ਵੇਖੇਗਾ ਨਾਲ ਹੀ ਤਪ ਜਾਏਗਾ ਬਾਹਰ ਗਲੀ 'ਚ ਨਿਕਲਿਆ ਉਹਨੂੰ ਸਾਹਮਣੇ ਵੀ ਗਿਆ ਤਪ ਗਿਆ ਹੁਣ ਉਦੋਂ ਉਹ ਕਹਿੰਦਾ ਹੈ ਪਰਮਾਤਮਾ ਨੂੰ ਵੀ ਮੇਰੀ ਤਪ ਤਾਂ ਉਦੋਂ ਮਿਟੇਗੀ ਜਦੋਂ ਇਹ ਸਾਹਮਣੇ ਨਾ ਰਹੇਗਾ ਚਲੋ ਪਰਮਾਤਮਾ ਨੂੰ ਖਤਮ ਵੀ ਕਰ ਦੇਗਾ ਠੀਕ ਹੋ ਗਿਆ ਫਿਰ ਅਗੋਂ ਕਿਸੇ ਹੋਰ ਨਾਲ ਲੜੇਗਾ ਫਿਰ ਕਹਿੰਦਾ ਹੁਣ ਇਹ ਖਤਮ ਹੋ ਜਾਏ ਤਾਂ ਤਪ ਤਾਂ ਮਿਟੇਗੀ ਉਹ ਵੀ ਹੋ ਗਿਆ ਸਾਰਾ ਦਿਨ ਇਹਨੇ ਲੜਨਾ ਹੈ ਸਾਰਾ ਸਾਰੀ ਦੁਨੀਆ ਖਤਮ ਕਰਾ ਦੇਗਾ ਰੱਬ ਦੇ ਹੱਥੋਂ ਰੱਬ ਮੰਨਦਾ ਨਹੀਂ ਕਿਸੇ ਦੀ ਉਹਨੂੰ ਪਤਾ ਹੈ ਇਹਨੇ ਰੋਜ਼ ਲੜਨਾ ਹੈ ਇਹਦੇ ਅੰਦਰ ਈਰਖਾ ਵੀ ਹੈ ਦੁਸ਼ਵੈਸ ਵੀ ਹੈ ਚੁਗਲੀਆਂ ਵੀ ਨੇ ਰੋਜ਼ ਇਹਨੇ ਲੜਨਾ ਹੈ ਰੋਜ਼ ਮੇਰੇ ਤੋਂ ਬੰਦੇ ਮਰਵਾਏ ਗਏ ਤੇ ਰੱਬ ਮੰਨਦਾ ਹੀ ਨਹੀਂ ਫਿਰ ਕਿਸੇ ਦੀ ਮੈਂ ਬਾਣੀ ਵਿੱਚ ਕਹਿੰਦਾ ਵੀ ਰੱਬ ਕਿੱਡਾ ਵੱਡਾ ਹੈ ਸਤਿਗੁਰੂ ਜੀ ਕਹਿਣ ਲੱਗੇ ਗੁਰਨਾਨਕ ਸਾਹਿਬ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਣਾ ਸੋ ਕਰ ਰਿਹਾ ਉਹ ਮੰਨਦਾ ਹੀ ਕਿਸੇ ਦੀ ਨਹੀਂ ਉਦੇ ਆਪਣੀ ਕਰਦਾ ਆਪਣਾ ਚਿਤ ਵਾ ਹਰ ਕਰ ਹੈ ਜੋ ਮੇਰੇ ਚਿਤਨਾ ਹੋਏ ਉਥੇ ਆਪਣਾ ਚਿਤ ਵਾ ਕਰਦਾ ਮਨ ਦਾ ਹੀ ਕਿਸੇ ਦੀ ਨਹੀਂ ਇੱਕ ਦੀ ਮੰਦਾ ਬਸ ਉਹ ਹੈ ਭਗਤ ਤੇ ਭਗਤ ਦੇ ਮਨ ਦੇ ਵਿੱਚੋਂ ਸਾਰੇ ਝਗੜੇ ਖਤਮ ਹੋ ਜਾਂਦੇ ਨੇ ਤਾਂ ਹੀ ਉਹਦੀ ਮੰਨ ਲੈਂਦਾ ਉਹਦੀ ਵੀ ਨਹੀਂ ਤਾਂ ਮੰਨਣੀ ਸੀ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਵੈਰੀ ਨਹੀਂ بیگਾਨਾ ਸਗਲ ਸੰਗ ਹਮਕੋ ਬਣਾਈ ਹੁਣ ਕੋਈ ਵੈਰੀ ਨਹੀਂ ਕੋਈ ਬੇਗਾਨਾ ਨਹੀਂ ਤਾਂ ਹੀ ਪਰਮਾਤਮਾ ਮੰਦਾ ਹੀ ਉਹਦੀ ਹੈ ਜਿਹਦਾ ਵੈਰੀ ਤੇ ਬੇਗਾਨਾ ਕੋਈ ਨਹੀਂ ਕਿਉਂਕਿ ਪਰਮਾਤਮਾ ਦੇ ਨਾਲ ਜੁੜਿਆ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ ਸਹਿਬ ਜੀ ਕਹਿੰਦੇ ਨੇ ਦੋਵੇਂ ਦੁੱਖ ਚਲੇ ਗਏ ਬੰਦਨ ਔਗਣ ਚਲੇ ਗਏ ਨਾਨਕ ਔਗਣ ਜਿਤੜੇ ਤੇ ਤੇ ਗਲੀ ਜੰਜੀ ਗਲ ਵਿੱਚ ਜੰਜੀਰਾਂ ਨੇ ਉਵੇਂ ਤੇ ਕੋਈ ਬੰਧਨ ਨਹੀਂ ਵੇਖੋ ਸਾਨੂੰ ਕੋਈ ਜੰਜੀਰਾਂ ਥੋੜੀ ਨਾ ਪਈਆਂ ਨੇ ਮਨੁੱਖ ਨੂੰ ਕੋਈ ਜੰਜੀਰ ਨਹੀਂ ਪਈ ਸਰੀਰਿਕ ਤੌਰ ਤੇ ਮੁਕਤ ਹੈ ਪਰ ਮਾਨਸਿਕ ਤੌਰ ਤੇ ਜਕੜਿਆ ਹੋਇਆ ਹੈ ਮਨੁੱਖ ਔਰ ਇਹ ਮਾਨਸਿਕ ਦੁੱਖ ਇਹ ਹੀ ਇਹਨੂੰ ਦੁਬਾਰਾ ਦੁਬਾਰਾ ਜਨਮ ਤੇ ਮਰਨ ਦਾ ਕਾਰਨ ਦਿੰਦੇ ਨੇ ਹੁਣ ਆਪ ਦੀ ਕਹੋਗੇ ਜਨਮ ਮਰਨ ਕਿਹੜਾ ਔਖਾ ਹੈ ਗੱਲ ਯਾਦ ਰੱਖਣਾ ਇੱਕ ਬੱਚਾ 12ਵੀਂ ਕਲਾਸ ਚ ਹੋ ਜਾਏ ਤੇ ਉਹਨੂੰ ਫੇਰ ਕੋਈ ਕਹੇ ਤੂੰ ਪਹਿਲੀ ਕਲਾਸ ਤੋਂ ਪੜ੍ਹਾਈ ਸ਼ੁਰੂ ਕਰ ਕਿੱਡਾ ਵੱਡਾ ਦੁੱਖ ਹੈ ਮਨੁੱਖਾ ਜਨਮ ਚ ਆ ਗਏ ਆ ਇੱਥੋਂ ਫੇਰ ਕੋਈ ਕਹੇਗਾ ਵੀ ਹੁਣ ਤੂੰ ਸੂਰ ਦੀ ਜੁਨੀ ਤੋਂ ਸ਼ੁਰੂ ਕਰ ਕਿੱਡਾ ਵੱਡਾ ਦੁੱਖ ਹੈ ਫੇਰ ਆਵਾਂਗੇ ਕਿਤੇ ਇੱਥੇ ਹੀ ਤੁਰ ਕੇ ਕੋਈ ਲੱਖਾਂ ਕਰੋੜਾਂ ਸਾਲਾਂ ਬਾਅਦ ਸਾਰੀਆਂ ਜੁਨੀਆਂ ਵਿੱਚ ਤਪਤ ਹੈ ਜਿੰਨੀਆਂ ਵੀ ਜੁਨੀਆਂ ਚ ਮਨੁੱਖ ਜਾਏਗਾ ਕਿਸੇ ਵੀ ਜੁਨੀ ਨੂੰ ਮਾਰਨਾ ਸ਼ੁਰੂ ਕਰੋ ਕੁੱਤੇ ਨੂੰ ਮਾਰਨ ਭੱਜੋਗੇ ਅੱਗੇ ਕਿ ਭੱਜ ਪਏਗਾ ਕਿਉਂ ਕੁੱਤੇ ਅੰਦਰ ਡਰ ਹੈ ਹਰੇਕ ਜੁਨੀ ਵਿੱਚ ਡਰ ਹੈ ਇੱਕ ਮਨੁੱਖਾ ਜੁਨੀ ਹੈ ਜਿਹਦੇ ਵਿੱਚ ਨਿਰਭਉ ਹੋ ਸਕਦਾ ਹੈ ਮਨੋਂ ਕੋਈ ਡਰ ਖਤਮ ਹੋ ਜਾਣਗੇ ਜਿਹਦੇ ਵਿੱਚ ਡਰ ਖਤਮ ਹੋ ਸਕਦੇ ਨੇ ਰਿਜਕ ਦਾ ਡਰ ਜਿਹਦੇ ਵਿੱਚ ਮੌਤ ਦਾ ਡਰ ਹੀ ਖਤਮ ਹੋ ਜਾਂਦਾ ਹੈ ਮਨੁੱਖਾ ਜੁਨੀ ਚ ਔਰ ਇਹ ਬੜੇ ਭਾਗਾ ਨਾਲ ਮਿਲਦੀ ਹੈ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਇੱਚ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਸਾਰੀਆਂ ਇੱਛਾਵਾਂ ਖਤਮ ਹੋ ਗਈਆਂ ਹੁਣ ਪਰਮਾਤਮਾ ਨਾਲ ਹੀ ਵਸਦਾ ਹੈ ਹਮੇਸ਼ਾ ਨਾਲ ਹੀ ਰਹਿੰਦਾ ਹੈ ਅੱਗੇ ਕਹਿੰਦੇ ਨੇ ਜਿਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਭਗਤੀ ਦੇ ਨਾਲ ਨਾਮ ਵਿੱਚ ਸਮਾਇਆ ਜਾਂਦਾ ਹੈ ਭਗਤੀ ਦੁਆਰਾ ਹੀ ਪਰਮਾਤਮਾ ਦੇ ਹੁਕਮ ਵਿੱਚ ਸਮਾਇਆ ਜਾਂਦਾ ਹੈ ਉਹਦੀ ਬੰਦਗੀ ਦੁਆਰਾ ਹੀ ਉਹਨੂੰ ਜਾਣਿਆ ਜਾਂਦਾ ਹੈ ਇਸ ਕਰਕੇ ਉਹਦੀ ਬੰਦਗੀ ਕਰਨੀ ਇਹੀ ਮਨੁੱਖ ਦਾ ਫਰਜ਼ ਹੈ ਉਸ ਦੀ ਬੰਦਗੀ ਕਰੀਏ ਜਿਵੇਂ ਜਿਵੇਂ ਬੰਦਗੀ ਕਰਾਂਗੇ ਅੰਤਹਿ ਕਰਨ ਨਿਰਮਲ ਹੋ ਜਾਏਗਾ ਚੇਤਨਾ ਨਿਰਮਲ ਹੋ ਜਾਏਗੀ ਝਗੜੇ ਖਤਮ ਹੋਣੇ ਸ਼ੁਰੂ ਹੋ ਜਾਣਗੇ ਸ਼ਾਂਤੀ ਹੋਣੀ ਸ਼ੁਰੂ ਹੋ ਜਾਏਗੀ ਮਨੁੱਖ ਆਪਣੇ ਆਪ ਵਿੱਚ ਜਿਉਣਾ ਸ਼ੁਰੂ ਕਰੇਗਾ ਸ਼ਾਂਤੀ ਵਿੱਚ ਜੀਏਗਾ ਕਿਉਂ ਗਿਆਨ ਹੋ ਗਿਆ ਸਮਝ ਲੱਗ ਗਈ ਵਿਵੇਕ ਦੀ ਬੁੱਧੀ ਮਿਲ ਗਈ ਸਮਝ ਆਉਣੀ ਸ਼ੁਰੂ ਹੋਈ ਇਹ ਹੀ ਮਨੁੱਖ ਦਾ ਪਰਮ ਕਰਤਵ ਹੈ ਕੱਲ ਨੂੰ ਅਸੀਂ ਇਸ ਚੀਜ਼ ਤੇ ਵਿਚਾਰ ਕਰਾਂਗੇ ਸੋ ਕਿਉਂ ਵਿਸਰੇ ਜੇ ਕਾਲ ਨਾ ਪਾਵੇ ਸੋ ਕਿਉਂ ਵਿਸਰੇ ਜੇ ਕੀ ਆ ਜੰਨਾ ਹੈ ਉਹਨੂੰ ਕਿਉਂ ਵਿਸਾਰਨਾ ਹੈ ਜਿਨੇ ਇਹ ਜੀਵਨ ਦਿੱਤਾ ਹੈ ਕਿਵੇਂ ਉਹ ਸਾਡੀਆਂ ਕਾਲਨਾਵਾਂ ਨੂੰ ਪੂਰੀਆਂ ਕਰਦਾ ਹੈ ਇਹਦੇ ਬਾਰੇ ਕੱਲ ਨੂੰ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ ਜਿਨੇ ਸਤਸੰਗੀਆਂ ਬੈਠੇ ਹੋ ਸਾਰਿਆਂ ਨੂੰ ਮਹਾਰਾਜ ਆਪਣੇ ਹੱਥੋਂ ਬਲ ਬਖਸ਼ਣ ਤਾਂ ਜੋ ਅਸੀਂ ਐਸੇ ਤਰੀਕੇ ਨਾਲ ਸਤ ਸੰਗਤ ਵਿੱਚ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਹ ਪਰਮਾਤਮਾ ਦੀ ਵਡਿਆਈ ਵਿਚਾਰਨੀ ਉਹਦੀ ਵਿਚਾਰ ਆਸ ਕਥਾ ਉਹਦੀ ਵਿਚਾਰੀ ਹੁੰਦੀ ਹੈ ਇਹਦੇ ਨਾਲ ਹੁੰਦਾ ਕੀ ਹੈ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਮੁਕਤੀ ਦਾ ਦਵਾਰਾ ਵਿਖ ਜਾਂਦਾ ਹੈ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਵਿਚਾਰ ਵਿਚਾਰ ਕੇ ਸੋ ਇਨੀਆਂ ਬੇਨਤੀਆਂ ਪਰਵਾਨ ਹੋਈ ਪੁਤਕ ਦੇ ਲਿਖੀਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ